ये लाइव चमत्कार हो रहे हैं जी, ये कोई बाबा भपंगर दाथ नहीं कर रहा, ये वाहेगुरु अकाल पुरख कर रहा सच्चे पातशाह, ये कोई ट्रिक नहीं है, ये असलियत आ जिंदगी दी। करीब 10 साल भूआ अखां तो नहीं रही, सारा पिंड भूआ भूआ कहिंदा थकदा नहीं सी, पर भूआ दे उत्ते हालात जानवरां तो भी बदतर सीगे। ते अज भूआ जी नूं साडे कोले आया नूं 1 साल हो गया पूरा, 1 साल ते 2 दिन, ते अज साडी भूआ दी अखां दी लाइट आ गई वापस। भूआ सारे बंदे खड़े दींदे तैनूं, ये की कर रहे आ, ये की करी जांदे आ, खेलण आए इह, आ हत्थां च की फड़िया इहनां दे, की करदे इह, फोटो खेलदे, फोटो फोटो खेलदे आ। भूआ तैनूं रंग दींदे सारे रंग, आ मुंडे ने शर्ट किहड़े रंग दी पाई हुई। एक अहम दिन आ, 2022 दे विच 19 जनवरी नूं भूआ साडे कोले आई सी, ते अज 2023 दी 21 तरीक हो गई आ, 1 साल ते 2 दिन हो गए उपर। ते 1 साल दा पूरा वक्फा खत्म होने तो बाद 2023 दी 19 जनवरी नूं 1 साल पूरा होया सी, ते 19 तरीक नूं पूरा होया, ते 20 तरीक नूं भूआ जी दा कल ऑपरेशन हो गया सी, ते अज 21 तरीक नूं भूआ जी दी अखां दी जिहड़ी पट्टी खोली गई आ, ते अज उह अखां दी खोली गई पट्टी जिहड़ी जिहनूं पट्टी नूं खोलण तों बाद भूआ जी दी अखां दी लाइट आ जिहड़ी उह वापस आ गई। इह कोई छोटी जी गल नहीं, ये बड़ा वड्डा चमत्कार है। एक भी तोशी भूआ जिहड़ी आपदे पिंड दे विच दतारपुर च पिछले 10 सालां तों करीब अखां तों अन्नी घुम्मदी सी, ਹੁਸ਼ਿਆਰਪੁਰ ਡਿਸਟ੍ਰਿਕਟ ਦਤਾਰਪੁਰ ਮੰਡੀ, ਧੁੱਪ ਵੱਲ ਨੂੰ ਨਹੀਂ ਮੂੰਹ ਕਰਨਾ, ਧੁੱਪ ਵੱਲ ਨੂੰ ਪਿੱਠ ਕਰਨਾ, ਹਾਂ ਇੱਥੇ ਲਾ ਲਿਆ, ਅਤੇ ਨਾਲੇ ਭੂਆ ਜੀ ਇੱਥੇ ਬੈਠੋ ਪਰਚੀ ਕਿਤੇ। ਤੋਸ਼ੀ ਭੂਆ ਸੀ, ਉਸ ਪਿੰਡ ਦੀ ਧੀ ਸੀ ਇਹ, ਅਤੇ ਉਸ ਪਿੰਡ ਦੀ ਧੀ ਇੱਕ ਫੌਜੀ ਦੇ ਨਾਲ ਇਹਦੀ ਮੈਰਿਜ ਹੋਈ ਸੀਗੀ, ਸਾਬਕਾ ਫੌਜੀ ਭੂਆ ਜੀ ਨੂੰ ਛੱਡ ਕੇ ਪਤਾ ਨਹੀਂ ਕਿੱਧਰ ਚਲਾ ਗਿਆ। ਭੂਆ ਪਿਛਲੇ 10 ਸਾਲਾਂ ਤੋਂ ਅੱਖਾਂ ਤੋਂ ਅੰਨੀ ਹੋਈ ਹੋਈ, ਉਹ ਪਹਾੜੀ ਏਰੀਆ ਸੀ, ਪਹਾੜਾਂ ਦੇ ਉੱਪਰ ਟੌਪ 'ਤੇ ਘਰ ਸੀ ਭੂਆ ਦਾ, ਬਸ ਇੱਦਾਂ ਕੂੜਾ ਕਰਕਟ ਇਕੱਠਾ ਕਰੀ ਜਾਂਦੀ, ਏਡੀ ਏਡੀਆਂ ਲੰਬੀਆਂ ਜਟਾਵਾਂ ਹੋਈਆਂ, ਗੰਦੇ ਕੱਪੜੇ ਪਾਏ ਹੋਏ, ਭੂਆ ਦੇ ਘਰ ਦੇ ਵਿੱਚ ਨਰਕ ਵਰਗੇ ਹਾਲਾਤ ਬਣੇ ਹੋਏ। ਅਤੇ ਅੱਜ ਕਿਹੜਾ ਸੂਟ ਹੈ ਭੂਆ, ਇਹ ਅੱਜ ਉਹ ਭੂਆ ਸਾਡੀ ਸੁਨੀਲ ਦਾ ਸੂਟ ਦੇਖਦੀ ਹੈ, ਕਹਿੰਦੀ ਮੇਰੇ ਸੁਨੀਲ ਦਾ ਸੂਟ ਪਾਇਆ ਹੋਇਆ ਅੱਜ, ਕਿਉਂਕਿ ਅੱਜ ਭੂਆ ਨੇ ਪਹਿਲੀ ਵਾਰੀ ਅੱਖਾਂ ਨਾਲ ਆਪਣੀਆਂ ਨਾਲ ਦੇਖਿਆ। ਭੂਆ ਖੋਲਦਾ ਅੱਖ, ਪੱਟੀ ਖੋਲਦਾ, ਬੋਲੇ ਸੋਨਿਹਾਲ। ਸਭ ਤੋਂ ਪਹਿਲਾਂ ਭੂਆ ਤੂੰ ਮੇਰਾ ਇਹ ਆਹ ਦੇਖ, ਇੱਧਰ ਮੇਰੇ ਵੱਲ ਦੇਖੀ ਭੂਆ, ਕਿਵੇਂ ਆ, ਠੀਕ ਆ, ਪਛਾਣ ਲਿਆ ਮੈਨੂੰ, ਕੌਣ ਆ ਮੈਂ, ਸਰਦਾਰ ਭੂਆ ਦਾ ਭਤੀਜਾ। ਭੂਆ ਕਿੰਨੀਆਂ ਉਂਗਲਾਂ, ਹੁਣ ਹੁਣ, ਓ ਵਾਹ ਬਈ ਵਾਹ, ਤਾੜੀਆਂ। ਇਹ ਲਾਈਵ ਚਮਤਕਾਰ ਹੋ ਰਹੇ ਆ ਜੀ, ਇਹ ਕੋਈ ਬਾਬਾ ਭਪੰਗਰ ਦਾਥ ਨਹੀਂ ਕਰ ਰਿਹਾ, ਇਹ ਉਹ ਵਾਹਿਗੁਰੂ ਅਕਾਲ ਪੁਰਖ ਕਰ ਰਿਹਾ ਸੱਚੇ ਪਾਤਸ਼ਾਹ, ਇਹ ਕੋਈ ਟ੍ਰਿਕ ਨਹੀਂ ਹੈਗੇ, ਇਹ ਅਸਲੀਅਤ ਆ ਜ਼ਿੰਦਗੀ ਦੀ। ਕਰੀਬ 10 ਸਾਲ ਭੂਆ ਅੱਖਾਂ ਤੋਂ ਨਹੀਂ ਰਹੀ, ਸਾਰਾ ਪਿੰਡ ਭੂਆ ਭੂਆ ਕਹਿੰਦਾ ਥੱਕਦਾ ਨਹੀਂ ਸੀ, ਪਰ ਭੂਆ ਦੇ ਉੱਤੇ ਹਾਲਾਤ ਜਾਨਵਰਾਂ ਤੋਂ ਵੀ ਬਦਤਰ ਸੀਗੇ। ਅਤੇ ਅੱਜ ਭੂਆ ਜੀ ਨੂੰ ਸਾਡੇ ਕੋਲ ਆਇਆ ਨੂੰ 1 ਸਾਲ ਹੋ ਗਿਆ ਪੂਰਾ, 1 ਸਾਲ ਤੇ 2 ਦਿਨ, ਅਤੇ ਅੱਜ ਸਾਡੀ ਭੂਆ ਦੀ ਅੱਖਾਂ ਦੀ ਲਾਈਟ ਆ ਗਈ ਵਾਪਸ। ਭੂਆ ਸਾਰੇ ਬੰਦੇ ਖੜੇ ਦਿੰਦੇ ਤੈਨੂੰ, ਇਹ ਕੀ ਕਰ ਰਹੇ ਆ, ਇਹ ਕੀ ਕਰੀ ਜਾਂਦੇ ਆ, ਖੇਲਣ ਆਏ ਇਹ, ਆਹ ਹੱਥਾਂ 'ਚ ਕੀ ਫੜਿਆ ਇਹਨਾਂ ਦੇ, ਕੀ ਕਰਦੇ ਇਹ, ਫੋਟੋ ਖੇਲਦੇ, ਫੋਟੋ ਫੋਟੋ ਖੇਲਦੇ ਆ। ਭੂਆ ਤੈਨੂੰ ਰੰਗ ਦਿੰਦੇ ਸਾਰੇ ਰੰਗ,
ਆ ਮੁੰਡੇ ਨੇ ਸ਼ਰਟ ਕਿਹੜੇ ਰੰਗ ਦੀ ਪਾਈ ਹੋਈ ਕਾਲੇ ਰੰਗ ਦੀ ਆ ਆ ਸੋ ਆ ਦੇਖੀ ਆ ਕੌਣ ਕੁੜੀ ਆ ਨਿੱਕੀ ਜੀ ਕਿੰਨੀ ਸੋਹਣੀ ਆ ਇਹ ਨਾ ਸੁਖਮਨੀ ਇਹਦਾ ਨਾਂ ਸੁਖਮਨੀ ਆ ਜਿਹਦਾ ਨਾਂ ਨੀ ਰੋਜ਼ ਸੁਣਦੀ ਹੁੰਦੀ ਸੀ ਹਨਾ ਤੇਰੇ ਕੋਲੇ ਪੈਂਦੀ ਸੀ ਨਾ ਮੰਜੇ ਦੇ ਨੇੜੇ ਇਹ ਆ ਸੁਖਮਨੀ ਇਹਦੇ ਗੁੱਤਾਂ ਇੱਕ ਕੀਤੀਆਂ ਕਿ ਦੋ ਹੈ ਭੂਆ ਦੋ ਗੁੱਤਾਂ ਕੀਤੀਆਂ ਦੋ ਆ ਨਾ ਲੈ ਚੱਕ ਲੈ ਭੂਆ ਫਿਰ ਇਹਨੂੰ ਮਾੜਾ ਜਿਹਾ ਆਪਦੀ ਭਤੀਜੀ ਨੂੰ ਦੋ ਮਿੰਟ ਖੜਾ ਲਾ ਨੀ चक्या